ਸਤਿ ਸ਼੍ਰੀ ਅਕਾਲ ਸਟਾਰ ਏਜੀ ਨਿਊਜ਼ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਏਅਰਪੋਰਟ ਰੋਡ ਤੇ ਇੱਕ ਲੜਕੀ ਬਗੈਰ ਦੱਸਿਆ ਜਿਸ ਕੋਠੀ ਵਿੱਚ ਕੰਮ ਕਰਦੀ ਸੀ ਉੱਥੋਂ ਚਲੀ ਗਈ। ਪਰਿਵਾਰ ਅਤੇ ਜਿਸ ਕੋਠੀ ਵਿੱਚ ਕੰਮ ਕਰਦੀ ਸੀ ਉਹਨਾਂ ਵੱਲੋਂ ਤਲਾਸ਼ ਕਰਨ ਤੇ ਨਹੀਂ ਮਿਲੀ। ਕੋਠੀ ਵਾਲਿਆਂ ਨੇ ਏਅਰਪੋਰਟ ਰੋਡ ਪੁਲਿਸ ਸਟੇਸ਼ਨ ਤੇ ਲਾਪਤਾ ਲੜਕੀ ਦੀ ਸ਼ਿਕਾਇਤ ਦਰਜ ਕਰਵਾਈ। ਜੇਕਰ ਕਿਸੇ ਨੂੰ ਵੀ ਲੜਕੀ ਬਾਰੇ ਪਤਾ ਚੱਲਦਾ ਹੈ ਤਾਂ ਉਹ ਅੰਮ੍ਰਿਤਸਰ ਦੇਹਾਤੀ ਥਾਣਾ ਏਅਰਪੋਰਟ ਨੂੰ ਸੁਚੇਤ ਕਰਨ। ਜੀ ਆਪਣਾ ਨਾਮ ਦੱਸ ਕੇ ਤੇ ਕੀ ਗੱਲ ਹੋਈ ਹੈ? ਰਣਜੀਤ ਕੌਰ ਮੇਰਾ ਨਾਮ। ਕਿੱਥੇ ਦੇ ਵਸਨੀਕ ਜੀ? ਅਸੀਂ ਮੂਦਲ ਦੇ ਰਹਿਣ ਵਾਲੇ। ਕੀ ਗੱਲ ਹੋਈ ਹੈ? ਕੀ ਗੱਲ ਹੋਈ, ਮੈਂ ਸ਼ਹਿਰੀਆਂ ਦਾ ਕੰਮ ਕਰਦੀ ਹਾਂ। ਅੱਛਾ ਜੀ, ਤੇ ਨਾਲ ਦੇ ਨਾਲ ਕੰਮ ਕਰਦਾ? ਹਰਪ੍ਰੀਤ। ਅੱਛਾ ਜੀ, ਕਿੱਥੋਂ ਰਹਿਣ ਵਾਲੇ? ਉਹ ਇੱਥੇ ਅੰਮ੍ਰਿਤਸਰ ਦੇ, ਤੇ ਏਅਰਪੋਰਟ ਤੇ ਚਲ ਗਏ ਆ। ਹਾਂਜੀ, ਏਅਰਪੋਰਟ ਤੇ ਚਲ ਗਏ, ਉਹਨਾਂ ਦੇ ਕੋਲ ਮੈਂ ਕੁੜੀ ਕਲਾਈ। ਕੀ ਨਾਂ ਕੁੜੀ ਦਾ? ਅਣੂ। ਕੁੜੀ ਕਿੱਥੋਂ ਰਹਿਣ ਵਾਲੀ? ਉਹ ਰਹਿਣ ਵਾਲੀ ਹਰੀਆਂ ਦੇ। ਤੁਹਾਡੀ ਕੀ ਲੱਗਦੀ ਕੁੜੀ? ਮੇਰੀ ਭਤੀਜੀ। ਹਾਂਜੀ, ਹੁਣ ਦੱਸੋ ਕੀ ਗੱਲ ਹੋਈ ਸਾਰੀ? ਗੱਲ ਕੀ ਆਈ, ਉਹਨਾਂ ਦੇ ਕੋਲ ਕਲਾਈ, ਉਹਨਾਂ ਦੇ ਕੋਲ ਕਲਾਈ ਤੇ ਉੱਥੋਂ ਹੀ ਉਹਨਾਂ ਨੇ ਦਿਨ ਦੱਸਿਆ ਚਲ ਗਈ ਆ। ਉਹਨਾਂ ਨੂੰ ਪਤਾ ਹੀ ਨਹੀਂ ਆ ਕਿੱਥੇ ਚਲ ਗਈ ਆ। ਲੱਭਣ ਦੀ ਕੋਸ਼ਿਸ਼ ਕੀਤੀ ਕੁੜੀ ਨੂੰ? ਹਾਂਜੀ, ਬੜਾ ਹੀ ਉਸੇ ਦਿਨ ਹੀ ਰਾਤ ਲੱਭੀ ਆ, ਸਾਰੇ ਗੱਡੀ ਤੇ ਘੁੰਮਦੇ ਫਿਰਦੇ ਰਹੇ, ਨਹੀਂ ਲੱਭੀ ਕਿਤੇ। ਉਹ ਕੁੜੀ ਕੋ ਤੰਗ ਪਰੇਸ਼ਾਨੀ ਉੱਥੇ ਕੁੜੀ? ਨਹੀਂ ਜੀ। ਤੁਹਾਨੂੰ ਕਦੀ ਕੁੜੀ ਨੇ ਫੋਨ ਕੀਤਾ ਵੀ ਮੈਨੂੰ ਮਾਰ ਦੇ ਕੁੜੀ? ਨਾ 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 ਨਾ, ਉਹ ਤੇ ਇੰਨੇ ਚੰਗੇ ਬੰਦੇ ਆ, ਮੈਂ 16-17 ਸਾਲ ਕੰਮ ਕੀਤਾ ਉਹਨਾਂ ਦਾ, ਮੈਨੂੰ ਵਿਸ਼ਵਾਸ ਹੀ, ਤੇ ਮੈਂ ਤਾਂ ਕੱਲਿਆ ਉੱਥੇ। ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ? ਬੜੀ ਉਹ ਵੀ ਯਾਰ, ਕੀਤੀ ਕੋਈ? ਹਾਂਜੀ ਕੀਤੀ ਆ। ਹਰਪ੍ਰੀਤ ਹੋਣੀ ਮੇਰੇ ਨਾਲ, ਦੋਵੇਂ ਭਰਾ ਮਣੀ ਹਰਪ੍ਰੀਤ ਲੱਭਦੇ ਰਹੇ, ਆਈ ਤੇ 12-1 ਵਜੇ ਕਿਤੇ ਘਰ ਆਏ, ਸਾਰੇ ਰਿਸ਼ਤੇਦਾਰਾਂ ਤੇ ਫੋਲਿਆ। ਕੁੜੀ ਕੰਮ ਕਰਨ ਚ ਕਿਸ ਤਰ੍ਹਾਂ ਦੀ ਸੀ? ਕੰਮ ਕਾਰ ਸਹੀ ਕਰਦੀ ਵਾਧੂ। ਕਿੰਨੀ ਉਮਰ ਸੀ ਕੁੜੀ? ਉਹਦੀ 19 ਸਾਲਾਂ ਦੀ ਸੀ। ਅੱਛਾ ਜੀ। ਹਾਂਜੀ, ਕਿੰਨੀ ਕਿੰਨੀ ਕਿਧਰ ਹੋਈ ਸੀ ਉੱਥੇ ਕੰਮ ਕਰਦੇ? ਉੱਥੇ ਤੇ ਮਹੀਨਾ ਹੀ ਹੋਇਆ ਜੇ ਕਲਾਈ ਨੂੰ, ਮੇਰੇ ਕੋਈ ਰਹਿੰਦੀ। ਜਿਹੜਾ ਸਾਨੂੰ ਇੱਥੇ ਕਲਾਊਗਾ, ਸਾਨੂੰ 10 ਵੀ ਪਾਵੇ ਤਾਂ ਵੀ ਉਹਨੂੰ ਇਨਾਮ ਦਿੱਤਾ ਜਾਏਗਾ, 10,000 ਰੁਪਇਆ ਇਨਾਮ ਵੀ ਦੇਵਾਂਗੇ। ਜਿਹੜਾ 10 ਪਾਵੇ ਦਵੇ ਵੀ, ਛੱਡ ਕੇ ਜਾਵੇ ਉਹਨੂੰ ਵੀ। ਬੜੀ ਹੱਥ ਜੋੜ ਕੇ ਮਿਹਰਬਾਨੀ ਆ, ਕੱਲੀ ਕੱਲੀ ਹੈਗੀ ਕੁੜੀ, ਪਹੁੰਚਾ ਦੇਣ ਜਿੱਥੇ ਵੀ ਹੈਗੀ ਆ। ਬੜਾ ਸਾਡਾ ਮੰਦਾ ਹਾਲ ਆ, ਅਸੀਂ ਤਾਂ ਕਦੇ ਉਦਣ ਦੀ ਰੋਟੀ ਪਕਾਈ ਨੀ, ਖਾਧੀ ਨੀ, ਬੜਾ ਹੀ ਬੁਰਾ ਹਾਲ ਆ। ਉਹਦਾ ਪਿਓ ਕਿਤੇ ਰੋ ਰੋ ਕੇ ਕਿਤੇ ਰੋਟੀ ਨੀ ਖਾਣ। ਨਾਮ ਦੱਸ ਕੇ ਤੇ ਕਿਹੜੇ ਇਲਾਕੇ ਦੇ ਨੇ, ਕੀ ਗੱਲ ਹੋਈ? ਅਸੀਂ ਇੱਥੇ ਪਾਮ ਗਰੂਪ ਏਅਰਪੋਰਟ ਰੋਡ ਤੇ ਰਹਿੰਦੇ, ਤੇ ਸਾਡੇ ਘਰ ਕੰਮ ਕਰਦੀ ਸੀ ਕੁੜੀ 1 ਮਹੀਨੇ ਤੋਂ, ਅਨੂ। ਅੱਛਾ ਜੀ। ਤੇ 19 ਸਾਲ ਜਿਸ ਦੀ ਉਮਰ ਸੀ, ਤੇ ਰੰਗ ਉਹਦਾ ਪੱਕਾ ਸੀ, ਤੇ ਮੰਮੀ ਥੋੜਾ ਜਿਹਾ ਬਿਮਾਰ ਰਹਿੰਦੇ ਸੀ, ਉਹਨਾਂ ਦੇ ਕੇਅਰ ਟੇਕ ਵਾਸਤੇ ਲਿਆਦੀ ਸੀ। ਤੇ ਅਚਨਚੇਤ 15 ਤਰੀਕ ਨੂੰ ਤੇ ਸ਼ਾਮੀ 3:30 ਵਜੇ ਨਾਲ ਘਰੋਂ ਬਗੈਰ ਦੱਸੇ ਭੱਜ ਗਈ, ਜੋ ਕਿ ਬਾਹਰ ਚਾਹ ਲਈ ਤੇ ਵੀ ਦੇਖਿਆ ਉਹਨੂੰ, ਆਟੋ ਕਰਦੀ ਨੂੰ ਜਾਂਦੀ ਨੂੰ, ਤੇ ਕੱਲੀ ਗਈ ਹੈ। ਤੇ CCTV ਫੁਟੇਜ 'ਚ ਵੀ ਆ ਗਿਆ ਸਾਰਾ ਕੀ ਨਾਮ ਹੈ, ਆਪਣੀ ਮਰਜ਼ੀ ਨਾਲ ਹੀ ਚਲੇ ਗਈ ਆ। ਉਦਾਂ ਠੀਕ ਸੀ ਕਿ ਬਿਮਾਰ? ਬਿਲਕੁਲ ਬਿਲਕੁਲ ਠੀਕ ਸੀ, ਤੇ ਬਿਲਕੁਲ ਠੀਕ ਸੀ। ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ? ਹਾਂਜੀ, ਉਹਨਾਂ ਦੇ ਪਰਿਵਾਰ ਨਾਲ ਸਾਡਾ ਰਾਬਤਾ ਚੱਲ ਰਿਹਾ, ਅਸੀਂ ਪਹਿਲੇ ਦਿਨ ਤੇ ਅਸੀਂ ਸਾਰੇ ਇਕੱਠੇ ਲੱਭਦੇ ਰਹੇ ਹਾਂ ਜੀ। ਤੇ ਹਾਂਜੀ, ਉਹਨਾਂ ਦੇ ਪਰਿਵਾਰ ਮੈਂਬਰ ਕੀ ਕਹਿੰਦੇ ਆ ਜੀ? ਕੁਛ ਨਹੀਂ ਕਹਿੰਦੇ, ਲੱਭੋ, ਕੋਸ਼ਿਸ਼ ਕਰੋ ਤੁਸੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮੀਡੀਆ ਤੋਂ ਵੱਡਾ ਹੋਰ ਕੀ ਹੋ ਸਕਦਾ। ਤੇ ਤੁਸੀਂ ਇਸ ਬਾਰੇ ਥਾਣੇ ਦੀ ਕੰਪਲੇਂਟ ਵਗੈਰਾ? ਹਾਂ, ਅਸੀਂ ਉਸ ਤੋਂ ਅਗਲੇ ਦਿਨ ਫਦਰ ਹੀ ਸਵੇਰੇ ਮਾਰਨਿੰਗ ਕੋਈ ਫੋਟੋ ਵਗੈਰਾ ਜਾਂ ਕਿਤੇ? ਹਾਂ, ਇਹ ਫੋਟੋ ਆ ਉਹਦੀ ਕੁੜੀ ਦੀ।
ਅਗਰ ਜੇ ਕਿਸੇ ਨੂੰ ਮਿਲਦੀ ਹੈ ਤੇ ਕਿਸੇ ਨੂੰ ਲੱਭਣ ਵਾਲੇ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਤਾਂ ਖਰਚਾ ਦਿੱਤਾ ਜਾਏਗਾ ਤੇ ਜਿਸ ਦੀ ਧੀ ਹੈ ਉਹਦੇ ਘਰ ਪਹੁੰਚੇ ਕਿਉਂਕਿ ਉਹ ਵੀ ਵਿਚਾਰੇ ਸਾਰੇ ਪਰੇਸ਼ਾਨ ਹੋ ਰਹੇ ਨੇ ਮਾਤਲ ਸਾਥੀ ਬੰਦੇ ਨੇ ਤੇ ਕੁੜੀ ਆਪਣੇ ਘਰ ਪਹੁੰਚੇ ਬਸ ਇਹੀ ਹੈ ਜੀ।